ਭਾਜਪਾ ਦੀ ਮੋਦੀ ਸਰਕਾਰ ਅਤੇ ਉਸ ਦੇ ਮੰਤਰੀ ਪਹਿਲਾਂ ਹਮੇਸ਼ਾ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਰਹਿੰਦੇ ਹੀ ਨੇ, ਪਰ ਹੁਣ ਤਾਂ ਉਹਨਾਂ ਨੂੰ ਆਪਣੇ ਵੱਲੋਂ ਵੀ ਧੱਕੇ ਮਾਰੇ ਜਾ ਰਹੇ ਨੇ। ਲੁਧਿਆਣਾ ਦੇ ਵਿੱਚ ਸ਼੍ਰੀ ਹਿੰਦੂ ਨਿਆਂ ਪੀਠ ਵੱਲੋਂ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੁਤਲਾ ਫੂਕਿਆ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨੇ ਦਿੱਲੀ ਦੇ ਵਿੱਚ 1984 ਦੇ ਕਤਲੇਆਮ ਵੇਲੇ ਮਾਰੇ ਗਏ ਹਿੰਦੂਆਂ ਨੂੰ ਸਿੱਖਾਂ ਵਾਂਗ ਹੀ ਮੁਆਵਜ਼ਾ ਕਿਉਂ ਨਹੀਂ ਦਿੱਤਾ। ਨਿਆਂਪੀਠ ਦੇ ਪ੍ਰਧਾਨ ਪ੍ਰਵੀਨ ਡਾਂਗ ਦਾ ਕਹਿਣਾ ਹੈ ਕਿ ਜਦੋਂ ਤੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਹੀ ਹਿੰਦੂ ਸਮਰਥਕ ਬਿਆਨਾਂ ਦੀ ਝੜੀ ਲੱਗੀ ਹੋਈ ਹੈ, ਪਰ ਜੇ ਹਿੰਦੂਆਂ ਦੇ ਹੱਕ ਵਿੱਚ ਕੀਤੇ ਗਏ ਕੰਮਾਂ ਦੀ ਗੱਲ ਕਰੀਏ ਤਾਂ ਹਕੀਕਤ ਵਿੱਚ ਕੁਝ ਵੀ ਨਹੀਂ ਹੋਇਆ। ਉਹਨਾਂ ਕਿਹਾ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੇਸ਼ ਕੀਤੇ ਬਜਟ ਦੇ ਵਿੱਚ ਕੋਈ ਵੀ ਸਹੂਲਤ ਹਿੰਦੂਆਂ ਨੂੰ ਨਹੀਂ ਦਿੱਤੀ। ਇਸ ਦੇ ਉਲਟ ਜੇਤਲੀ ਹਮੇਸ਼ਾ ਵੱਡੇ ਵੱਡੇ ਭਾਸ਼ਣ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਰਹੇ ਨੇ। ਪੰਜਾਬ ਦੁਆਰਾ ਸੈਂਕੜੋ ਕਾਰਿਆਕਰਤਾਵਾਂ ਦੇ ਸਾਥ 4 ਘੰਟਾ ਲੁਧਿਆਣਾ ਦੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ। ਇਸ ਪੁਤਲਾ ਫੂਕਣੇ ਕੇ ਪਿੱਛੇ ਵਜ੍ਹਾ ਇਹ ਹੈ ਕਿ ਜਬ ਸੇ ਜੇ ਮੋਦੀ ਸਰਕਾਰ ਹਿੰਦੁਸਤਾਨ ਮੇਂ ਬਣੀ ਹੈ, ਹਿੰਦੂ ਕੇ ਸਮਰਥਕ ਬਿਆਨੋ ਕੀ ਬਾੜ ਆਈ ਹੋਈ ਹੈ ਔਰ ਦੂਸਰੇ ਧਰਮ ਕੇ ਲੋਕੋ ਕੋ ਚੇਤਾਵਨੀਆਂ ਦੀ ਜਾ ਰਹੀ ਹੈ। ਇਸ ਵਾਰ ਬਜਟ ਆਨਾ ਥਾ ਅਰੁਣ ਜੇਤਲੀ ਜੀ ਦੁਆਰਾ ਭਾਰਤ ਸਰਕਾਰ ਕਾ, ਹਮੇ ਬੜੀ ਉਮੀਦ ਥੀ ਕਿ ਪੰਜਾਬ ਮੇਂ ਅੰਮ੍ਰਿਤਸਰ ਸੇ ਉਹਨਾਂ ਨੇ ਇਲੈਕਸ਼ਨ ਲੜਾ ਥਾ, 3,82,000 ਵੋਟ ਉਨਕੋ ਪੜੀ ਥੀ। ਪੰਜਾਬ ਨੇ ਬੀਜੇਪੀ ਅਕਾਲੀ ਗਠਬੰਧਨ ਕੋ ਕਮ ਸੇ ਕਮ 30-40 ਲੱਖ ਵੋਟੇ ਡਾਲੀ ਥੀ। ਆਤੰਕਵਾਦ ਪੀੜਿਤ ਹਿੰਦੂਓ ਕੋ ਬੜੀ ਉਮੀਦ ਥੀ ਕਿ ਇਸ ਬਜਟ ਮੇਂ ਉਨਕੇ ਲੀਏ ਕੁਛ ਨਾ ਕੁਛ ਜ਼ਰੂਰ ਜੇਤਲੀ ਸਾਹਿਬ ਲੇਕਰ ਆਏਗੇ ਔਰ ਪੰਜਾਬ ਕੇ ਉਨ ਲੋਕੋ ਕਾ ਅਹਿਸਾਨ ਉਤਾਰੇਗੇ ਜਿਨ੍ਹਾਂ ਦੇਸ਼ ਕੀ ਏਕਤਾ ਔਰ ਅਖੰਡਤਾ ਕੇ ਲੀਏ ਆਪਣੀ ਕੁਰਬਾਨੀਆਂ ਦੀ ਥੀ। ਪੰਜਾਬ ਮੇਂ 35,000 ਸੇ ਜ਼ਿਆਦਾ ਆਤੰਕਵਾਦ ਪੀੜਿਤ ਪਰਿਵਾਰ ਹੈ। ਆਜ ਤੱਕ ਕਿਸੀ ਵੀ ਸਰਕਾਰ ਨੇ ਉਨਕੇ ਲੀਏ ਕੋਈ ਪੈਕੇਜ ਨਹੀਂ ਦਿਆ। ਆਜ ਕੇ ਪ੍ਰਦਰਸ਼ਨ ਕੇ ਮਾਧਿਅਮ ਸੇ ਹਮ ਚੇਤਾਵਨੀ ਦੇਣਾ ਚਾਹਤੇ ਹੈ ਮੋਦੀ ਸਰਕਾਰ ਕੋ ਕਿ ਅਗਰ ਇਹਨਾਂ ਨੇ ਵੀ UPA ਕੀ ਤਰ੍ਹਾਂ ਛਦਬ ਸੈਕੂਲਰਿਜ਼ਮ ਕੇ ਪੀਛੇ ਹੀ ਭਾਗਨਾ ਹੈ ਤੋ ਆਨੇ ਵਾਲੇ ਚੁਣਾਵੇ ਮੇਂ ਇਨਕੋ ਜੋ ਹਿੰਦੂ ਸਮਰਥਕ ਮੁਖੋਟਾ ਹੈ ਉਸਕੋ ਲੋਕੋ ਕੇ ਸਾਹਮਣੇ ਹਿੰਦੂ ਨਿਆਂਪੀਠ ਨੰਗਾ ਕਰ ਦੇਗੀ।